ਬਚਪਨ ਤੋਂ ਹੀ ਮੇਰੇ ਖੱਬਾ ਹੱਥ ਨਹੀਂ ਹੈਗਾ ਸੀਗਾ। ਕੋਈ ਕਹਿ ਦਿੰਦਾ ਤੂੰ ਇਹ ਕੰਮ ਨਹੀਂ ਕਰਨਾ, ਤੂੰ ਸਬਜ਼ੀ ਨਹੀਂ ਕੱਟਣੀ, ਮਤਲਬ ਤੂੰ ਕਰ ਨਹੀਂ ਸਕਦੀ ਹੈਗੀ, ਹੈ ਨਾ, ਵੀ ਜਾਂ ਕੋਈ ਹੋਰ ਸੱਟ ਵੱਜੀ ਤਾਂ ਤੈਨੂੰ ਅੱਗੇ ਜਾ ਕੇ ਹੋਰ ਪ੍ਰੋਬਲਮ ਆਊਗੀ। ਪਰ ਮੈਂ ਉਹ ਚੈਲੰਜ ਨੂੰ ਕਦੇ ਸੁਣ ਕੇ ਐਂ ਨਹੀਂ ਲੱਗਦਾ ਸੀ ਵੀ ਮੈਂ ਪਿੱਛੇ ਹਟਾਂ। ਮੈਨੂੰ ਲੱਗਦਾ ਮੈਂ ਨਹੀਂ ਇਹ ਕਰਕੇ ਦਿਖਾਉਣਾ, ਮੇਰੇ 'ਚ ਹੈਗੀ ਆ ਹਿੰਮਤ ਇਹ ਕਰਨ ਦੀ। ਜਦੋਂ ਮੈਂ ਉੱਥੇ ਮਹਿੰਦੀ ਲਗਾਈ ਨਾ, ਲੋਕ ਇੱਥੋਂ ਦੇਖ ਕੇ ਜਾ ਰਹੇ ਸੀ ਯਾਰ ਵੀ ਇਹ ਕੁੜੀ ਐਵੇਂ ਲਗਾ ਰਹੀ ਆਪਣੇ ਹੱਥ 'ਤੇ ਮਹਿੰਦੀ, ਅਤੇ ਕੁਛ ਅੱਛਾ ਵੀ ਫੀਲ ਕਰ ਰਹੇ ਸੀ ਵੀ ਯਾਰ ਕੁੜੀ 'ਚ ਕਿੰਨੀ ਐਕਸੈਪਟੈਂਸ ਆ ਆਪਣੀ ਬੋਡੀ ਨੂੰ ਲੈ ਕੇ, ਅਤੇ ਕੁਛ ਲੋਕ ਹੱਸ ਕੇ ਵੀ ਜਾ ਰਹੇ ਸੀ। ਮੈਨੂੰ ਕਦੇ ਫੀਲ ਹੀ ਨਹੀਂ ਹੋਇਆ ਕਿ ਮੈਂ ਆਪਣੇ ਪੇਰੈਂਟਸ ਤੋਂ ਅਲੱਗ ਹੋ ਕੇ ਕਿਸੇ ਨਵੇਂ ਫੈਮਿਲੀ 'ਚ ਆਈ ਹਾਂ, ਕਿਉਂਕਿ ਮੇਰੇ ਸਾਸੂ ਮਾਂ ਅਤੇ ਸਹੁਰਾ ਸਾਹਿਬ ਦਾ ਇੰਨਾ ਵਧੀਆ ਨੇਚਰ ਹੈ ਕਿ ਮੈਨੂੰ ਆਪਣੇ ਮੰਮੀ ਪਾਪਾ ਦੀ ਤਰ੍ਹਾਂ ਹੀ ਲੱਗਦੇ ਨੇ। ਉਹਨਾਂ ਨੇ ਸਿੰਗਲ ਪੁਆਇੰਟ 'ਤੇ ਵੀ ਮੈਨੂੰ ਕਦੇ ਫੀਲ ਨਹੀਂ ਕਰਵਾਇਆ ਕਿ ਮੇਰੇ ਲਾਈਫ ਪਾਰਟਨਰ ਬਹੁਤ ਅੱਛੇ ਆ, ਅਤੇ ਮੈਨੂੰ ਇਸ ਦੇ ਵਿੱਚੋਂ ਨਿਕਲਣ ਦਾ ਉਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਇਸ ਚੀਜ਼ ਦੇ ਵਿੱਚ ਕਿ ਮੈਂ ਸੋਸ਼ਲ ਮੀਡੀਆ ਦਾ ਇੰਨਾ ਵਧੀਆ ਪਲੈਟਫਾਰਮ ਅੱਜ ਕੱਲ੍ਹ ਬੜੀ ਮਤਲਬ ਇਸ ਚੀਜ਼ ਦਾ ਪੋਜ਼ਿਟਿਵ ਦੇ ਵਿੱਚ ਹੈ ਕਿ ਲੋਕ ਦੇਖਦੇ ਆ ਮਾਸ ਲੈਵਲ 'ਤੇ ਜਾਂਦਾ, ਅਤੇ ਮੈਨੂੰ ਸੀ ਮੈਨੂੰ ਕੋਈ ਦੇਖੇ ਤਾਂ ਉਹਨਾਂ ਨੂੰ ਚੰਗਾ ਲੱਗੇ। ਜਦੋਂ ਇਹ ਆਪਣੇ ਆਪ ਨੂੰ ਐਕਸੈਪਟੈਂਸ ਕਰ ਰਹੀ ਆ, ਐਕਸੈਪਟ ਕਰ ਰਹੀ ਆ, ਤਾਂ ਅਸੀਂ ਕਿਉਂ ਨਾ ਕਰੀਏ। ਮੇਰਾ ਨਾਮ ਮਨਵੀਰ ਕੌਰ ਹੈ ਜੀ। ਬਚਪਨ ਤੋਂ ਹੀ ਮੇਰੇ ਖੱਬਾ ਹੱਥ ਨਹੀਂ ਹੈਗਾ ਸੀਗਾ, ਅਤੇ ਇਹਦੇ ਕਰਕੇ ਮੈਨੂੰ ਬਚਪਨ ਤੋਂ ਹੀ ਦਿੱਕਤਾਂ ਸਹਿਣੀਆਂ ਪਈਆਂ ਨੇ, ਅਤੇ ਮੇਰੇ ਪੇਰੈਂਟਸ ਨੂੰ ਵੀ ਕੋਈ ਕਹਿ ਦਿੰਦੇ ਸੀ ਆਸ ਪਾਸ ਰਿਸ਼ਤੇਦਾਰ ਕਿ ਇਹਨੂੰ ਬੜੀ ਅੱਗੇ ਜਾ ਕੇ ਪਰੇਸ਼ਾਨੀ ਹੋਏਗੀ, ਇਹਦਾ ਵਿਆਹ ਨਹੀਂ ਹੋਣਾ ਜਾਂ ਇੱਦਾਂ ਕਰਕੇ, ਪਰ ਉਹਨਾਂ ਨੇ ਫਿਰ ਵੀ ਮਤਲਬ ਇਹ ਚੀਜ਼ਾਂ ਨਾ ਸੋਚਦੇ ਹੋਏ ਉਹਨਾਂ ਨੇ ਮੈਨੂੰ ਹੌਸਲੇ 'ਚ ਹੀ ਰੱਖਿਆ ਹਮੇਸ਼ਾ। ਜੇ ਮੈਨੂੰ ਮਤਲਬ ਆਸ ਪਾਸ ਕੋਈ ਕਹਿ ਦਿੰਦਾ ਤੂੰ ਇਹ ਕੰਮ ਨਹੀਂ ਕਰਨਾ, ਤੂੰ ਸਬਜ਼ੀ ਨਹੀਂ ਕੱਟਣੀ, ਮਤਲਬ ਤੂੰ ਕਰ ਨਹੀਂ ਸਕਦੀ ਹੈਗੀ, ਹੈ ਨਾ, ਵੀ ਜਾਂ ਕੋਈ ਹੋਰ ਸੱਟ ਵੱਜੀ ਤਾਂ ਤੈਨੂੰ ਅੱਗੇ ਜਾ ਕੇ ਹੋਰ ਪ੍ਰੋਬਲਮ ਆਊਗੀ। ਪਰ ਮੈਂ ਉਹ ਚੈਲੰਜ ਨੂੰ ਕਦੇ ਸੁਣ ਕੇ ਐਂ ਨਹੀਂ ਲੱਗਦਾ ਸੀ ਵੀ ਮੈਂ ਪਿੱਛੇ ਹਟਾਂ। ਮੈਨੂੰ ਲੱਗਦਾ ਮੈਂ ਨਹੀਂ ਇਹ ਕਰਕੇ ਦਿਖਾਉਣਾ, ਮੇਰੇ 'ਚ ਹੈਗੀ ਆ ਹਿੰਮਤ ਇਹ ਕਰਨ ਦੀ। ਤਾਂ ਮਤਲਬ ਇਹ ਚੀਜ਼ਾਂ ਨੂੰ ਸਹਿੰਦੇ ਸਹਿੰਦੇ ਮੈਂ ਮਤਲਬ ਇੱਕ ਬੋਲਡ ਇਨਸਾਨ ਬਣੀ ਹੈ। ਸਾਰੀ ਮਤਲਬ ਫੈਮਿਲੀ ਦਾ ਸਪੋਰਟ ਸੀਗਾ ਮੈਨੂੰ, ਪਰ ਮੇਰੇ ਫਾਦਰ ਸੀ ਉਹਨਾਂ ਨੂੰ ਅਲੱਗ ਤੋਂ ਹੀ ਸੀਗਾ ਕਿ ਮਤਲਬ ਇਹ ਕਿਸੇ ਗੱਲੋਂ ਪਿੱਛੇ ਨਾ ਰਹੇ, ਤਾਂ ਉਹਨਾਂ ਉਹ ਮੇਰਾ ਖਾਸ ਧਿਆਨ ਰੱਖਦੇ ਸੀ ਵੀ ਕਿਹੜੇ ਪੁਆਇੰਟ 'ਤੇ ਇਹ ਡਰਦੀ ਆ ਜਾਂ ਪਿੱਛੇ ਹਟ ਸਕਦੀ ਆ, ਤਾਂ ਉਹ ਮੈਨੂੰ ਅੱਗੇ ਵੱਧ ਕੇ ਹੌਸਲਾ ਦਿੰਦੇ ਸੀ ਵੀ ਨਹੀਂ ਤੂੰ ਕਿਸੇ ਚੀਜ਼ ਤੋਂ ਡਰਨਾ ਨਹੀਂ ਹੈਗਾ ਗਾ, ਅੱਗੇ ਵਧਣਾ ਗਾ। ਸਕੂਲ ਵਗੈਰਾ 'ਚ ਵੀ ਸਪੈਸ਼ਲੀ ਟੀਚਰਸ ਨੂੰ ਜਾ ਕੇ ਕਹਿ ਕੇ ਆਉਂਦੀ ਹੁੰਦੀ ਸੀ ਕਿ ਇਹਨੂੰ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਲਿਆਉਣਾ ਗਾ, ਇਹਨੂੰ ਪਾਰਟੀਸਪੇਟ ਕਰਨ ਲਈ ਫੋਰਸ ਕਰਨਾ ਕਿ ਪਿੱਛੇ ਨਾ ਰਹੇ ਕਿਸੇ ਚੀਜ਼ 'ਚ। ਮੈਨੂੰ ਨਾ ਬਚਪਨ 'ਚ ਸਾਰੇ ਕਹਿ ਦਿੰਦੇ ਸੀਗੇ ਜੇ ਮੈਂ ਸਾਈਕਲ ਵਗੈਰਾ ਚਲਾਉਂਦੀ ਸੀ ਵੀ ਤੂੰ ਕਿਸੇ 'ਚ ਮਾਰਨਾ ਹੈਗਾ, ਹੈ ਨਾ, ਪਹਿਲਾਂ ਹੀ ਤੇਰੇ ਇੱਕ ਹੱਥ ਨਹੀਂ ਹੈਗਾ, ਜੇ ਕੁਛ ਹੋ ਗਿਆ ਫਿਰ ਅੱਗੇ ਉਮਰ ਦੇ ਵਿੱਚ ਤੈਨੂੰ ਪਛਤਾਵਾ ਰਹਿ ਜੂਗਾ। ਤਾਂ ਫਿਰ ਮੈਂ ਕਦੇ ਡਰਦੀ ਨਹੀਂ ਹੁੰਦੀ ਸੀਗੀ ਇਹ ਚੀਜ਼ਾਂ ਨੂੰ ਸੁਣ ਕੇ, ਵੀ ਮੈਂ ਕਦੇ ਨੈਗੇਟਿਵ ਨਹੀਂ ਫੀਲ ਕੀਤਾ ਸੀਗਾ ਵੀ ਹਾਂ ਮੈਨੂੰ ਐਵੇਂ ਕਹੀ ਜਾਂਦੇ। ਮੈਂ ਫਿਰ ਲੜਨਾ, ਮੈਂ ਕਰਕੇ ਦਿਖਾਉਣਾ, ਮੈਂ ਛੋਟੀ ਹੁੰਦੀ ਨੇ ਚੋਟਾਂ ਖਾ ਕੇ ਆਪਣੇ ਲੱਤਾਂ 'ਤੇ ਮੈਂ ਸਿੱਖ ਲਿਆ ਫਿਰ ਵੀ ਸਾਈਕਲ। ਇਸ ਤੋਂ ਬਾਅਦ ਜਦੋਂ ਫਿਰ ਮੈਂ ਕਾਲਜ ਪੜ੍ਹਨ ਗਈ, ਮੈਨੂੰ ਸਕੂਟਰੀ ਦੀ ਲੋੜ ਸੀਗੀ ਅਤੇ ਮਤਲਬ ਟਿਊਸ਼ਨ ਵਗੈਰਾ ਜਾਣਾ ਹੁੰਦਾ ਸੀ, ਤਾਂ ਪਾਪਾ ਨੇ ਮੈਨੂੰ ਸਕੂਟੀ ਲੈ ਕੇ ਦਿੱਤੀ। ਫਿਰ ਮੈਨੂੰ ਲੱਗਿਆ ਯਾਰ ਮੈਥੋਂ ਕਿਵੇਂ ਚਲਾਉਂਗੀ, ਬਹੁਤ ਡਰ ਤਾਂ ਮੈਨੂੰ ਵੀ ਲੱਗ ਰਿਹਾ ਸੀਗਾ ਕਿ ਮੈਂ ਮਤਲਬ ਇੱਦਾਂ ਟ੍ਰੈਫਿਕ 'ਚ ਕਿਵੇਂ ਚਲਾਉਂਗੀ, ਦਿੱਕਤ ਨਾ ਹੋਵੇ। ਪਰ ਪਾਪਾ ਨੇ ਮੈਨੂੰ ਹੌਸਲਾ ਪੂਰਾ ਦਿੱਤਾ, ਕਹਿੰਦੇ ਨਹੀਂ ਤੂੰ ਸਿੱਖੇਂਗੀ। ਅਤੇ ਮੇਰੇ ਦਾਦਾ ਜੀ ਨੇ ਕਹਿਣਾ ਕਿ ਤੂੰ ਮਤਲਬ ਗਲਤ ਕਰ ਰਿਹਾ, ਐਵੇਂ ਕੁੜੀ ਹੈਗਾ, ਐਵੇਂ ਕੱਲ੍ਹ ਨੂੰ ਵਿਆਹ ਹੋਣ 'ਚ ਦਿੱਕਤ ਹੋਊਗੀ, ਕੁਛ ਹੋ ਗਿਆ, ਲੱਤ ਬਾਂਹ ਟੁੱਟ ਗਈ, ਹੈ ਨਾ। ਅਤੇ ਫਿਰ ਮੈਂ ਕਿਹਾ ਨਹੀਂ ਹੁਣ ਤਾਂ ਮੈਂ ਜ਼ਰੂਰ, ਜੇ ਮੈਨੂੰ ਕੋਈ ਚੈਲੰਜ ਕਰ ਦਿੰਦਾ ਸੀ ਫਿਰ ਮੈਨੂੰ ਲੱਗਦਾ ਨਹੀਂ ਹੁਣ ਤਾਂ ਮੈਂ ਕਰਕੇ ਦਿਖਾਊਂਗੀ, ਇੱਦਾਂ ਕਿੱਦਾਂ ਚੈਲੰਜ ਕਰਦਾ। ਫਿਰ ਮੈਨੂੰ ਪਾਪਾ ਨੇ ਸਿਖਾਇਆ, ਹੈ ਨਾ, ਆਸ ਪਾਸ ਲਿਜਾ ਕੇ। ਫਿਰ ਪਾਪਾ ਨੇ ਨਾ ਮਿਠਾਈ ਵੀ ਵੰਡੀ ਮਤਲਬ ਮੇਰੇ ਰਿਸ਼ਤੇਦਾਰੀਆਂ 'ਚ ਜਾ ਕੇ ਵੀ ਹਾਂ ਮੇਰੀ ਕੁੜੀ ਨੇ ਸਕੂਟੀ ਚਲਾਉਣੀ ਸਿੱਖ ਲਈ। ਅਤੇ ਫਿਰ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗਦੀ ਹੈ ਵੀ ਉਹਨਾਂ ਦੀ ਜਿਹੜੀ ਹਿੰਮਤ ਕਰਕੇ ਮੇਰੇ 'ਚ ਹੌਸਲਾ ਸੀ, ਤਾਂ ਉਹਨਾਂ ਨੇ ਉਸ ਚੀਜ਼ ਨੂੰ ਅੱਗੇ ਵਧਣ 'ਚ ਹੀ ਮੈਨੂੰ ਪ੍ਰੇਰਨਾ ਦਿੱਤੀ, ਹੈ ਨਾ।
ਕੀਤਾ ਮੈਂ ਮੈਂ ਕਦੇ ਉਸ ਚੀਜ਼ ਤੋਂ ਡਰੀ ਨਹੀਂ ਹੈਗੀ ਕਿ ਮੇਰੀ ਲਿਮਿਟੇਸ਼ਨ ਕਰਕੇ ਮੈਂ ਕੋਈ ਚੀਜ਼ ਨਾ ਕਰਾਂ ਤਾਂ ਮੈਂ ਸ਼ਾਇਦ ਉਹ ਹਿੰਮਤਾਂ ਦੇ ਕਾਰਨ ਹੀ ਮੈਂ ਅੱਜ ਸ਼ਾਇਦ ਇਹ ਐਡਾ ਵੱਡਾ ਵਹੀਕਲ ਚੱਕਣ ਦੀ ਕੋਸ਼ਿਸ਼ ਕੀਤੀ ਜੋ ਮੈਂ ਚਲਾ ਰਹੀ ਹਾਂ ਕੰਫਰਟੇਬਲੀ, ਹੈ ਨਾ। ਮੈਂਟਲੀ ਤਾਂ ਮੈਂ ਬਹੁਤ ਜ਼ਿਆਦਾ ਮਚਿਓਰ ਆਪਣੀ ਉਮਰ ਤੋਂ ਪਹਿਲਾਂ ਹੀ ਹੋ ਗਈ ਸੀਗੀ, ਤਾਂ ਮੈਨੂੰ ਲੋਕ ਜਦੋਂ ਥੋੜ੍ਹਾ ਵੀ ਅਨਕੰਫਰਟੇਬਲ ਕਰਾਊਡ 'ਚ ਫੀਲ ਕਰਦੇ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿਉਂ ਅਨਕੰਫਰਟੇਬਲ ਫੀਲ ਕਰ ਰਿਹਾ। ਤਾਂ ਮੈਂ ਇਹ ਚੀਜ਼ਾਂ ਫੀਲ ਕਰਕੇ ਮੈਂ ਇੰਨੀ ਆਪਦਾ ਲੇਟ ਕਰ ਲਈ, ਹੈ ਨਾ, ਜੋ ਮੇਰੀ ਗਰੋਥ ਹੋਣੀ ਚਾਹੀਦੀ ਸੋ ਕਿਤੇ ਨਾ ਕਿਤੇ ਰੁਕੀ ਹੈਗੀ। ਤਾਂ ਮੈਨੂੰ ਸੀ ਮੇਰੇ ਜਿਹੇ ਕਿੰਨੇ ਲੋਕ ਹੋਣੇ ਆ, ਹੈਂਡੀਕੈਪ ਵੀ ਹੋਣੇ ਆ ਜਾਂ ਕੋਈ ਰੰਗ ਦਾ ਸਾਵਲਾ, ਹੈ ਨਾ, ਕਿਸੇ ਦਾ ਕੱਦ ਛੋਟਾ, ਕਿੰਨਾ ਫੀਲ ਕਰਦੇ ਹੋਣੇ। ਮੈਂ ਕਿਹਾ ਵੀ ਚੱਲ ਮੈਂ ਕੋਈ ਆਪਣੇ ਆਪ ਨੂੰ ਕਿਤੇ ਜਾ ਕੇ ਰੀਪ੍ਰਜੈਂਟ ਕਰਾਂ ਕਿ ਲੋਕਾਂ ਨੂੰ ਮੈਨੂੰ ਦੇਖ ਕੇ ਲੱਗੇ ਨਹੀਂ ਯਾਰ ਜੇ ਇਹ ਕਰ ਸਕਦੀ ਹੈ ਮੈਂ ਕਿਉਂ ਨਹੀਂ ਕਰਾਂ। ਤਾਂ ਕਰਕੇ ਮੈਨੂੰ ਹੋਇਆ ਕਿ ਮੈਂ ਸੋਸ਼ਲ ਮੀਡੀਆ ਦਾ ਇੰਨਾ ਵਧੀਆ ਪਲੇਟਫਾਰਮ ਅੱਜ ਕੱਲ੍ਹ ਬੜੀ ਮਤਲਬ ਇਸ ਚੀਜ਼ ਦਾ ਪੋਜ਼ਿਟਿਵ ਦੇ ਵਿੱਚ ਹੈ ਕਿ ਲੋਕ ਦੇਖਦੇ ਆ, ਮਾਸ ਲੈਵਲ 'ਤੇ ਜਾਂਦਾ, ਅਤੇ ਮੈਨੂੰ ਸੀ ਮੈਨੂੰ ਕੋਈ ਦੇਖੇ ਤਾਂ ਉਹਨਾਂ ਨੂੰ ਚੰਗਾ ਲੱਗੇ। ਜਦੋਂ ਇਹ ਆਪਣੇ ਆਪ ਨੂੰ ਐਕਸੈਪਟੈਂਸ ਕਰ ਰਹੀ ਹੈ, ਐਕਸੈਪਟ ਕਰ ਰਹੀ ਆ, ਤਾਂ ਅਸੀਂ ਕਿਉਂ ਨਾ ਕਰੀਏ। ਜਦੋਂ ਮੇਰੀ ਮੈਰਿਜ ਹੋਈ ਸੀ ਨਾ, ਮੈਂ ਉਦੋਂ ਵੀ ਨਹੀਂ ਲਗਾਈ ਸੀ ਆਪਣੇ ਹੱਥ 'ਤੇ ਮਹਿੰਦੀ, ਪਰ ਜਦੋਂ ਹੁਣ ਮੈਂ ਇਸ ਚੀਜ਼ ਦੇ ਆਫਟਰ ਮੈਰਿਜ ਇਸ ਚੀਜ਼ ਦੇ ਵਿੱਚੋਂ ਨਿਕਲੀ ਆਂਗੀ ਮੈਂ, ਕਿਉਂਕਿ ਮੇਰੇ ਲਾਈਫ ਪਾਰਟਨਰ ਬਹੁਤ ਅੱਛੇ ਆ ਅਤੇ ਮੈਨੂੰ ਇਸ ਦੇ ਵਿੱਚੋਂ ਨਿਕਲਣ ਦਾ ਉਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਇਸ ਚੀਜ਼ ਦੇ ਵਿੱਚ। ਤਾਂ ਮੈਂ ਸੋਚਿਆ ਯਾਰ ਮੈਂ ਇੱਕ ਹੱਥ 'ਤੇ ਮਹਿੰਦੀ ਲਗਾਉਣੀ, ਕਿਉਂ ਮੇਰਾ ਹੱਥ ਮਤਲਬ ਮੇਰੇ ਬੋਡੀ ਦਾ ਪਾਰਟ ਨਹੀਂ ਹੈਗਾ ਜਦੋਂ ਮੈਂ ਇਹਦੇ 'ਤੇ ਲਗਾਉਣੀ, ਇਹਦੇ 'ਤੇ ਵੀ ਲਗਵਾਵਾਂ। ਜਦੋਂ ਮੈਂ ਉੱਥੇ ਮਹਿੰਦੀ ਲਗਾਈ ਨਾ, ਲੋਕ ਇੱਥੋਂ ਦੇਖ ਕੇ ਜਾ ਰਹੇ ਸੀ ਯਾਰ ਵੀ ਉਹ ਕੁੜੀ ਐਵੇਂ ਲਗਾ ਰਹੀ ਆਪਣੇ ਹੱਥ 'ਤੇ ਮਹਿੰਦੀ, ਅਤੇ ਕੁਛ ਅੱਛਾ ਵੀ ਫੀਲ ਕਰ ਰਹੇ ਸੀ ਵੀ ਯਾਰ ਕੁੜੀ 'ਚ ਕਿੰਨੀ ਐਕਸੈਪਟੈਂਸ ਆ ਆਪਣੀ ਬੋਡੀ ਨੂੰ ਲੈ ਕੇ, ਅਤੇ ਕੁਛ ਲੋਕ ਹੱਸ ਕੇ ਵੀ ਜਾ ਰਹੇ ਸੀ। ਮੈਨੂੰ ਹੱਸਣਾ ਲੈਂਦਾ ਨਹੀਂ, ਮੈਨੂੰ ਸੀ ਜੋ ਮੈਨੂੰ ਦੇਖ ਕੇ ਚੰਗਾ ਫੀਲ ਕਰ ਰਹੇ ਆਪਣੇ ਘਰ ਜਾ ਕੇ ਦੱਸਣਗੇ, ਜੋ ਲੋਕ ਇੱਦਾਂ ਫੀਲ ਕਰਦੇ ਅਤੇ ਆਪਣੇ ਆਪ 'ਚ ਵੀ ਲਿਆਉਣਗੇ ਐਕਸੈਪਟੈਂਸ, ਅਤੇ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗੀ। ਅਸੀਂ ਇੱਥੇ ਲਾਇਬ੍ਰੇਰੀ ਦੇ ਵਿੱਚ ਹੀ ਮਿਲੇ ਸੀਗੇ, ਮੈਂ ਇੱਥੇ ਜੋਬ ਮੇਰੀ ਇੱਥੇ ਲੱਗੀ ਸੀ ਚੰਡੀਗੜ੍ਹ ਦੇ ਵਿੱਚ, ਤਾਂ ਉਹ ਮੈਨੂੰ ਲਾਇਬ੍ਰੇਰੀ ਦੇ ਵਿੱਚ ਹੀ ਮਿਲੇ ਸੀ। ਉਹ ਮੈਨੂੰ ਕਾਲਜ ਦੇ ਵਿੱਚ, ਮੈਂ ਉਹਨਾਂ ਨੂੰ ਜਾਣ ਬਾਏ ਫੇਸ ਜਾਣਦੀ ਸੀ, ਕਦੇ ਬੁਲਾਇਆ ਨਹੀਂ ਸੀ ਕਾਲਜ ਦੇ ਵਿੱਚ, ਤਾਂ ਮੈਨੂੰ ਉਹ ਜਦੋਂ ਲਾਇਬ੍ਰੇਰੀ ਦੇ ਵਿੱਚ ਦੇਖੇ ਮੈਂ ਉਹਨਾਂ ਨੂੰ ਬੁਲਾ ਲਿਆ। ਫਿਰ ਇਸ ਤੋਂ ਬਾਅਦ ਮੈਨੂੰ ਉਹਨਾਂ ਦੀ ਨੇਚਰ ਅੱਛੀ ਲੱਗੀ, ਜਿਵੇਂ ਆਮ ਮੁੰਡੇ ਹੁੰਦੇ ਆ ਜਾਂ ਆਮ ਕੋਈ ਵੀ ਮੈਨੂੰ ਮਿਲਦਾ ਸੀ ਤਾਂ ਉਸ ਚੀਜ਼ ਨੂੰ ਨਾ ਦੇਖ ਕੇ ਅਨਕੰਫਰਟੇਬਲੀ ਫੀਲ ਕਰਾਉਂਦਾ ਸੀ ਵੀ ਤੂੰ ਕਿਵੇਂ ਕੰਮ ਕਰਦੀ ਆ, ਸ਼ੌਕ ਫੀਲ ਕਰਦਾ ਸੀ ਯਾਰ ਵੀ ਇਹਦੇ ਨਾਲ ਕਿਵੇਂ, ਹੈ ਨਾ, ਕਿਵੇਂ ਹੋ ਗਿਆ। ਤਾਂ ਉਹਨਾਂ ਨੇ ਉਸ ਚੀਜ਼ ਨੂੰ ਮੈਨੂੰ ਫੀਲ ਹੀ ਨਹੀਂ ਕਰਾਇਆ ਵੀ ਜਿਵੇਂ ਨੋਰਮਲ ਆਪਾਂ ਕਿਸੇ ਨੂੰ ਮਿਲਦੇ, ਉਹਨਾਂ ਨੇ ਉਵੇਂ ਮੈਨੂੰ ਟ੍ਰੀਟ ਕੀਤਾ। ਤਾਂ ਮੈਨੂੰ ਥੋੜ੍ਹਾ ਮਤਲਬ ਇੱਦਾਂ ਲੱਗਿਆ ਕਿ ਮੈਨੂੰ ਫਸਟ ਇਨਸਾਨ ਕੋਈ ਇੱਦਾਂ ਦਾ ਮਿਲਿਆ, ਤਾਂ ਮੈਨੂੰ ਉਹਨਾਂ ਨਾਲ ਬਹੁਤ ਕੰਫਰਟੇਬਲ ਫੀਲ ਹੋਇਆ। ਮੈਨੂੰ ਕਦੇ ਫੀਲ ਹੀ ਨਹੀਂ ਹੋਇਆ ਕਿ ਮੈਂ ਆਪਣੇ ਪੇਰੈਂਟਸ ਤੋਂ ਅਲੱਗ ਹੋ ਕੇ ਕਿਸੇ ਨਵੇਂ ਫੈਮਿਲੀ 'ਚ ਆਈ ਹਾਂ, ਕਿਉਂਕਿ ਮੇਰੇ ਸਾਸੂ ਮਾਂ ਅਤੇ ਸਹੁਰਾ ਸਾਹਿਬ ਦਾ ਇੰਨਾ ਵਧੀਆ ਨੇਚਰ ਹੈ ਕਿ ਮੈਨੂੰ ਆਪਣੇ ਮੰਮੀ ਪਾਪਾ ਦੀ ਤਰ੍ਹਾਂ ਹੀ ਲੱਗਦੇ ਨੇ। ਉਹਨਾਂ ਨੇ ਸਿੰਗਲ ਪੁਆਇੰਟ 'ਤੇ ਵੀ ਮੈਨੂੰ ਕਦੇ ਫੀਲ ਨਹੀਂ ਕਰਵਾਇਆ ਕਿ ਤੇਰੇ ਕੋਈ ਦਿੱਕਤ ਹੈ, ਮੈਂ ਕੋਈ ਕੰਮ ਕਰਦੀ ਹਾਂ ਜਾਂ ਘਰੇ ਕੁਛ ਵੀ ਕਰਦੀ ਹਾਂ, ਤਾਂ ਉਹਨਾਂ ਨੇ ਮੈਨੂੰ ਕਦੇ ਰੋਕਿਆ ਟੋਕਿਆ ਨਹੀਂ। ਮੈਂ ਜਿਵੇਂ ਆਪਣੇ ਘਰੇ ਆਜ਼ਾਦੀ ਨਾਲ ਕੰਮ ਕਰਦੀ ਸੀ ਉਵੇਂ ਇੱਥੇ ਆ ਕੇ ਕਰਦੀ, ਉਹਨਾਂ ਦਾ ਮੈਨੂੰ ਬੜਾ ਹੀ ਸਪੋਰਟ ਰਿਹਾ। ਮੈਂ ਚਾਹੁੰਦੀ ਹਾਂ ਕਿ ਜਿੰਨੇ ਵੀ ਇਹੋ ਜਿਹੇ ਕੋਈ ਹੈਂਡੀਕੈਪ ਹੈ ਜਾਂ ਆਪਣੇ ਆਪ ਨੂੰ ਕੋਈ ਅਲੱਗ ਫੀਲ ਕਰਦਾ, ਉਹ ਕਦੇ ਵੀ ਆਪਣੀ ਇਸ ਚੀਜ਼ ਨੂੰ ਆਪਣੀ ਗਰੋਥ ਦੇ ਵਿੱਚ ਕਦੇ ਵੀ ਲੈ ਕੇ ਨਾ ਆਉਣ, ਅਤੇ ਬਾਅਦ ਦੇ ਵਿੱਚੋਂ ਪਛਤਾਵਾ ਹੀ ਹੁੰਦਾ। ਮੈਨੂੰ ਲੱਗਦਾ ਮੈਂ ਆਪਣੀ ਲਾਈਫ ਦੇ 17-18 ਸਾਲ ਨਾ 50% ਆਪਣੀ ਇਸੇ ਸੋਚ ਨੂੰ ਦੇਤੇ, ਅਤੇ ਪਰ ਹੁਣ ਮੈਂ ਜਦੋਂ ਨਿਕਲੀ ਹਾਂ ਮੈਨੂੰ ਹੁਣ ਇਹ ਲੱਗਦਾ ਵੀ ਮੈਂ ਕੋਈ ਨਵੀਂ ਜ਼ਿੰਦਗੀ ਦੇ ਵਿੱਚ ਐਂਟਰ ਹੋ ਚੁੱਕੀ ਹਾਂ, ਮੈਂ ਕਿਉਂ ਨਹੀਂ ਪਹਿਲਾਂ ਇਸ ਚੀਜ਼ ਦੇ ਵਿੱਚੋਂ ਨਿਕਲੀ ਹੈਗੀ। ਤਾਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਕਦੇ ਵੀ ਆਪਣੀਆਂ ਪੇਰੈਂਟਸ ਨੂੰ ਲੈ ਕੇ ਕਦੇ ਵੀ ਫੀਲ ਨਾ ਕਰੋ, ਜਿੰਨਾ ਜਲਦੀ ਹੋਵੇ ਇਸ ਚੀਜ਼ 'ਚੋਂ ਨਿਕਲੋ। ਹਰੇਕ ਬੰਦੇ ਨੂੰ ਆਪਦਾ ਹੱਕ ਹੈ ਸਹੀ ਗਲਤ ਦੇਖਣ ਦਾ, ਅਤੇ ਪਰ ਮੇਰੀ ਐਕਚੁਅਲੀ ਸੋਚ ਇਹ ਸੀਗੀ ਕਿਉਂਕਿ ਮੇਰੇ ਜੋ ਸਿਸਟਰ ਨੇ ਉਹਨਾਂ ਨੂੰ ਪੋਲੀਓ ਹੋਇਆ ਵਿਆ, ਉਹਨੂੰ ਉਹ ਵੀ ਲੱਤ ਤੋਂ ਹੈਂਡੀਕੈਪ ਨੇ, ਤਾਂ ਕਰਕੇ ਅਸੀਂ ਜਦੋਂ ਉਹਨਾਂ ਲਈ ਰਿਸ਼ਤਾ ਦੇਖਦੇ ਸੀਗੇ ਅਤੇ ਤਕਰੀਬਨ ਮਤਲਬ ਕਿ ਵੀ ਹੈਂਡੀਕੈਪ ਹੀ ਦੇਖਣਾ ਪੈਂਦਾ ਸੀ, ਕਿਉਂਕਿ ਸਮਾਜ ਦੇ ਵਿੱਚ ਇਹੀ ਉਹ ਚੱਲਿਆ ਹੋਇਆ ਵੀ ਜੇ ਹੈਂਡੀਕੈਪ ਤਾਂ ਹੈਂਡੀਕੈਪ, ਅਤੇ ਵੀ ਹੋਰ ਜਦਕਿ ਇਹ ਹੋਣਾ ਚਾਹੀਦਾ ਵੀ ਜਿਹੜੇ ਬੰਦੇ ਨੂੰ ਸਹਾਰੇ ਦੀ ਲੋੜ ਹੈ ਸਹੀ, ਤਾਂ ਉਹਦੇ ਲਈ ਆਪਾਂ ਸਹੀ ਦੇਖੀਏ। ਪਰ ਅਸੀਂ ਬਹੁਤ ਜ਼ਿਆਦਾ ਰਿਸ਼ਤੇ ਦੇਖੇ ਅਤੇ ਸਾਨੂੰ ਕੋਈ ਵੀ ਰਿਸ਼ਤਾ ਐਂ ਮਿਲਦਾ ਹੀ ਨਹੀਂ ਸੀਗਾ,
ਕੋਈ ਦੇਖ ਆਪਾਂ ਕਿਸੇ ਨੂੰ ਕਹਿੰਦੇ ਹਾਂ ਵੀ ਹਾਂ ਵੀ ਐਂ ਕਰਕੇ ਉਹ ਨਾਲ ਨਾਲ ਹੀ ਮਨ੍ਹਾ ਕਰ ਜਾਂਦੇ ਸੀ, ਤਾਂ ਕਰਕੇ ਉਸ ਚੀਜ਼ ਤੋਂ ਗੁਜ਼ਰਦੇ ਹੋਏ ਮਤਲਬ ਕਿ ਸੋਚ ਇਹ ਬਣ ਗਈ ਵੀ ਇਹ ਚੀਜ਼ ਜੇ ਮੇਰੇ ਨਾਲ ਵੀ ਹੁੰਦੀ ਆ ਤਾਂ ਮੈਂ ਇਸ ਚੀਜ਼ ਨੂੰ ਮਤਲਬ ਕਿ ਵੀ ਇਦੋਂ ਉਲਟ ਚੱਲਣਾ ਆਪਾਂ ਇਹ ਚੀਜ਼ ਦੇ, ਤਾਂ ਉਹੀ ਗੱਲ ਹੀ ਹੋਈ। ਦੇਖ ਲਓ ਕੁਦਰਤ ਕਿਵੇਂ ਨਾ ਕਿਵੇਂ ਹੈ ਨਾ ਬੰਦੇ ਨੂੰ ਉਵੇਂ ਮਿਲਾਈ ਦਿੰਦੀ ਹੈ। ਮੈਨੂੰ ਪਹਿਲਾਂ ਐਕਚੁਲੀ ਪਤਾ ਨਹੀਂ ਸੀ, ਪਹਿਲਾਂ ਅਸੀਂ ਇੱਕ ਦੂਜੇ ਨੂੰ ਜਾਣਦੇ ਸੀਗੇ ਅਤੇ ਮੈਨੂੰ ਪਤਾ ਨਹੀਂ ਸੀ ਵੀ ਇਹਨਾਂ ਦੀ ਬਾਂਹ ਆਏ ਆ, ਪਰ ਜਦੋਂ ਇੱਕ ਦਿਨ ਇਹ ਗੱਲਾਂ ਜਾਂ ਚੱਲੀਆਂ ਤਾਂ ਬਿਲਕੁਲ ਨੋਰਮਲ ਬਿਹੇਵ ਹੋਇਆ, ਅੰਦਰੋਂ ਹੀ ਐਂ ਨੋਰਮਲ ਹੋਇਆ, ਕੋਈ ਐਂ ਕੋਈ ਧੱਕਾ ਨਹੀਂ ਲੱਗਿਆ, ਕੁਛ ਨਹੀਂ, ਸ਼ੌਕ ਨਹੀਂ ਲੱਗਿਆ, ਅਤੇ ਉਹੀ ਚੀਜ਼ ਇਹਨਾਂ ਨੂੰ ਵਧੀਆ ਲੱਗੀ ਮੇਰੇ ਵਿੱਚ।